ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਨਸ਼ੇ ਭਰਨ ਦੀ ਜਿਹੜੀ ਆਪਾਂ ਮੁਹਿੰਮ ਵੱਢੀ ਆ, ਉਸ ਸੰਬੰਧ ਵਿੱਚ ਚੌਕੀ ਇੰਚਾਰਜ ਸਮੇਤ ਪੁਲਿਸ ਫੜਤੀ ਨਾਕਾ ਲਾਇਆ ਸੀ ਭੂੰਗਰ ਦੀ ਰੋਡ 'ਤੇ, ਅਤੇ ਗਾਏ ਵਗਾਏ ਚੈੱਕ ਕਰ ਰਹੇ ਸੀਗੇ, ਅਤੇ ਇੱਕ ਲੇਡੀ ਜਿਹੜੀ ਸੀ ਉਹ ਇਹਨਾਂ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਮਾੜਾ ਖਿਸਕਣ ਲੱਗੀ, ਜਦੋਂ ਇਹਨਾਂ ਨੂੰ ਸ਼ੱਕ ਪੈ ਗਿਆ ਅਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ, ਕਾਬੂ ਕਰਕੇ ਨਾ ਪਤਾ ਪੁੱਛਿਆ, ਅਤੇ ਉਹਦਾ ਜਿਹੜਾ ਹੱਥ ਵਿੱਚ ਫੜਿਆ ਹੋਇਆ ਪਿਆ ਛੋਟਾ ਹੈਂਡਬੈਗ ਜਿਹੜਾ ਛੋਟਾ ਲੇਡੀ ਦਾ ਹੁੰਦਾ ਉਹ ਚੈੱਕ ਕਰਾਇਆ, ਉਹ ਚੈੱਕ ਕਰ ਤਾਂ ਉਹਦੇ ਕੋਲੋਂ ਜਿਹੜੀ ਸੀ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਂ ਹੈਗਾ ਜਸਵੀਰ ਕੌਰ, ਵਾਈਫ ਆਫ ਲੇਟ ਮੱਖਣ ਸਿੰਘ, ਵਾਸੀ ਭੋਂਗਰਨੀ। ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ, ਇਹਨਾਂ ਦੇ ਆਰੜੀ ਜਿਹੜੇ ਦੋ ਲੜਕੇ ਆ, ਦੋਨੋਂ ਹੀ ਲੜਕੇ ਪਹਿਲਾਂ ਹੀ ਜੇਲ੍ਹ 'ਚ ਆ, ਅਤੇ ਇਹ ਲੇਡੀ ਦੇ ਉੱਤੇ ਵੀ ਜਿਹੜੇ ਪਹਿਲਾਂ 2-3 ਮੁਕੱਦਮੇ ਦਰਜ ਹੈਗੇ ਆ।